ਕਰੋਲ ਪੰਜਾਬ ਦੇ ਨਾਲ ਜੁੜੇ ਤੁਸੀਂ ਮੈਂ ਹਾਂ ਸੌਰਵ ਅਰੋੜਾ ਲੁਧਿਆਣਾ ਦੇ ਡਿਵੀਜ਼ਨ ਨੰਬਰ 2 ਦੇ ਬਾਹਰ ਖੜੇ ਹਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਜਿੱਥੇ ਕਿ ਇੱਕ ਮਾਮਲਾ ਦਰਜ ਹੋਇਆ 376 ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਕੁੜੀ ਦਾ ਜਿਹੜਾ ਕਿ ਰਿਲੇਸ਼ਨ ਸੀ ਤਕਰੀਬਨ ਹੈ ਜਿਹੜਾ ਕਿ 3 ਤੋਂ 4 ਸਾਲ ਦੇ ਵਿੱਚ ਜਿਹੜਾ ਕਿ ਰਿਲੇਸ਼ਨ ਬਣਿਆ ਤੇ ਕੁੜੀ ਵੱਲੋਂ ਪਰਚਾ ਦਰਜ ਕਰਾਇਆ ਗਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਨਸ਼ੀਲੇ ਪਦਾਰਥ ਖਵਾ ਪਿਆ ਕੇ ਜਿਹੜੇ ਉਹਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਗਏ ਹੈ ਤੇ ਵਿਆਹ ਦਾ ਜਿਹੜਾ ਕਿ ਹੈ ਝਾਂਸਾ ਦਿੱਤਾ ਗਿਆ। ਕੁੜੀ ਵੱਲੋਂ ਡਿਵੀਜ਼ਨ ਨੰਬਰ 2 ਦੇ ਵਿੱਚ ਪਰਚਾ ਦਰਜ ਕਰਾਇਆ ਜਾਂਦਾ ਜਿਹਦੇ ਵਿੱਚ ਦੱਸਿਆ ਗਿਆ ਕਿ ਮੁੰਡੇ ਵੱਲੋਂ ਵਿਆਹ ਦਾ ਝਾਂਸਾ ਦੇ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਕਿ ਸਰੀਰਕ ਸੰਬੰਧ ਬੰਦੇ ਨੇ ਵਿਆਹ ਦਾ ਝਾਂਸਾ ਦਿੱਤਾ ਜਾਂਦਾ ਕਿ ਵਿਆਹ ਕਰਾਇਆ ਜਾਊਗਾ ਤੇ ਇਹ ਵੀ SHO ਡਿਵੀਜ਼ਨ ਨੰਬਰ 2 ਦੇ ਦੱਸਿਆ ਕਿ 6 ਜੂਨ ਨੂੰ ਮੁੰਡੇ ਦਾ ਵਿਆਹ ਸੀਗਾ ਤੇ ਕੁੜੀ ਨੂੰ ਝਾਂਸਾ ਦਿੱਤਾ ਗਿਆ ਸਰੀਰਕ ਸੰਬੰਧ ਬਣਾ ਲਿੱਤੇ ਗਏ ਕਿ ਜਿਹੜਾ ਕੀ ਹੈ ਵਿਆਹ ਕਰਾਇਆ ਜਾਊਗਾ ਪਰ ਮੁੰਡੇ ਨੇ ਕਿਤੇ ਹੋਰ ਵਿਆਹ ਉਹਦੇ ਘਰਦਿਆਂ ਵੱਲੋਂ ਕਿਤੇ ਹੋਰ ਵਿਆਹ ਜਿਹੜਾ ਕੀ ਹੈ ਉਹ ਰੱਖ ਦਿੱਤਾ ਗਿਆ ਸੀ 6 ਜੂਨ ਆਉਣ ਵਾਲੀ 6 ਜੂਨ ਨੂੰ ਜਿਹੜਾ ਉਹਦਾ ਵਿਆਹ ਸੀਗਾ। ਸਰ ਅੱਜ ਇੱਕ ਪਰਚਾ ਦਰਜ ਹੋਇਆ 376 ਦਾ ਕਿ ਸਰ ਪੂਰਾ ਮਾਮਲਾ ਕੀ ਹੈ? ਕਿ ਸਾਡੇ ਕੋਲ ਕੰਪਲੇਂਟ ਆਈ ਸੀ ਇੱਕ ਕੁੜੀ ਸੀਗੀ ਜੋ ਅਮਰਪੁਰਾ ਮੁਹੱਲੇ ਦੀ ਰਹਿਣ ਵਾਲੀ ਹੈ ਜਿਹਨੇ ਸਾਡੇ ਕੋਲ ਕੰਪਲੇਂਟ ਦਿੱਤੀ ਸੀ ਕਿ ਉਹਦੇ ਗਵਾਂਢ ਵਿੱਚ ਇੱਕ ਮੁੰਡਾ ਰਹਿੰਦਾ ਜਿਹਦੇ ਨਾਲ ਪਿਛਲੇ ਕਾਫੀ ਟਾਈਮ ਤੋਂ ਉਹ ਰਿਲੇਸ਼ਨ 'ਚ ਸੀ ਅਤੇ ਦੋਨਾਂ ਦੇ ਆਪਸ 'ਚ ਡਿਊਰਿੰਗ ਰਿਲੇਸ਼ਨ ਸਰੀਰਕ ਸੰਬੰਧ ਬਣੇ ਸੀਗੇ ਜੋ ਰੀਸੈਂਟਲੀ 27 ਤਰੀਕ ਨੂੰ ਵੀ ਦੋਨੋਂ ਮਿਲੇ ਸੀ ਅਤੇ ਉਹਨਾਂ ਵਿੱਚ ਸਰੀਰਕ ਸੰਬੰਧ ਬਣੇ ਜੋ ਬਾਅਦ ਵਿੱਚ ਕੁੜੀ ਨੂੰ ਪਤਾ ਲੱਗਿਆ ਕਿ ਆਉਣ ਵਾਲੀ 6 ਤਰੀਕ ਨੂੰ ਜਿਹੜਾ ਮੁੰਡੇ ਦਾ ਕਿਸੇ ਹੋਰ ਜਗ੍ਹਾ 'ਤੇ ਵਿਆਹ ਰੱਖਿਆ ਹੋਇਆ ਅਤੇ ਕੁੜੀ ਨੇ ਸਾਨੂੰ ਕੰਪਲੇਂਟ ਦਿੱਤੀ ਕਿ ਉਹਨੇ ਵਿਆਹ ਦਾ ਝਾਂਸਾ ਦੇ ਕੇ ਉਹਦੇ ਨਾਲ ਧੋਖਾ ਕਰਕੇ ਉਹਦੇ ਨਾਲ ਸੰਬੰਧ ਬਣਾਇਆ। ਸਰ ਇਹ ਕਿੰਨੇ ਕੁ ਟਾਈਮ ਤੋਂ ਇੱਕ ਦੂਜੇ ਦੇ ਨਾਲ ਸੀਗੇ, ਕਿੰਨੇ ਕੁ ਸਾਲ? ਇਹ ਕੁੜੀ ਦੇ ਦੱਸਣ ਮੁਤਾਬਕ ਪਿਛਲੇ 3 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀ। ਅਤੇ ਸਰ ਮੁੰਡਾ ਕੰਮ ਕੀ ਕਰਦਾ? ਇਹ ਮੁੰਡਾ ਫ੍ਰੀ ਹੈ ਜੀ, ਘਰ ਹੀ ਰਹਿੰਦਾ। ਅੱਛਾ, ਅਤੇ ਸਰ ਇਹ ਕਿੱਦਾਂ ਮੇਲ ਮਿਲਾਪ ਹੋਇਆ ਇਹਨਾਂ ਦੇ ਕੁੜੀ ਦੇ ਨਾਲ? ਇਹ ਆਂਢ ਗੁਆਂਢ 'ਚ ਹੀ ਰਹਿੰਦੇ ਨੇ, ਇੱਕੋ ਹੀ ਮਹੱਲੇ 'ਚ ਰਹਿਣ ਵਾਲੇ ਨੇ। ਇੱਕੋ ਹੀ ਮਹੱਲੇ 'ਚ ਰਹਿਣ? ਹਾਂਜੀ। ਅਤੇ ਸਰ ਇਹਦੇ 'ਚ ਜਿਹੜੇ ਲੜਕੀ ਵੱਲੋਂ ਇਹ ਰੇਪ ਕੀਤਾ ਗਿਆ ਪੁਲਿਸ ਵੱਲੋਂ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ 376 ਦਾ, ਕਿ ਦੱਸਿਆ ਜਾ ਰਿਹਾ ਕਿ ਜਿਹੜੇ ਮੁੰਡੇ ਵੱਲੋਂ ਕੁੜੀ ਨੂੰ ਜਿਹੜਾ ਝਾਂਸਾ ਦਿੱਤਾ ਗਿਆ ਸੀ ਉਸ ਮੁੰਡੇ ਵੱਲ ਜਿਹੜਾ ਕਿ ਮੁਕੱਦਮਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਦੱਸਿਆ ਜਾ ਰਿਹਾ ਕਿ 3 ਤੋਂ 4 ਸਾਲ ਪਹਿਲਾਂ ਜਿਹੜਾ ਕਿ ਸਰੀਰਕ ਸੰਬੰਧ ਬਣਾਏ, ਨਸ਼ੀਲੇ ਪਦਾਰਥ ਜਿਹੜੇ ਖਵਾ ਕੇ ਸਰੀਰਕ ਸੰਬੰਧ ਬਣਾਏ ਅਤੇ ਵਿਆਹ ਦਾ ਝਾਂਸਾ ਦੇ ਦਿੱਤਾ ਗਿਆ ਸੀ ਅਤੇ ਅੱਜ ਮੁਕੱਦਮਾ ਦਰਜ ਕਰ ਲਿੱਤਾ ਗਿਆ। 6 ਤਰੀਕ ਨੂੰ ਹੋਰ ਕਿਸੇ ਕੁੜੀ ਦੇ ਨਾਲ ਜਿਹੜਾ ਕਿ ਵਿਆਹ ਕਰਾਉਣ ਦੀ ਜਿਹੜੀ ਤਰੀਕ ਸੀਗੀ ਉਸ ਤੋਂ ਪਹਿਲਾਂ ਕਿ ਕੁੜੀ ਡਿਵੀਜ਼ਨ ਨੰਬਰ 2 ਦੇ ਵਿੱਚ ਮਾਮਲਾ ਦਰਜ ਹੁੰਦਾ ਹੈ ਅਤੇ ਜਿਹਦੇ ਵਿੱਚ ਉਹਦੀ ਗ੍ਰਿਫਤਾਰੀ ਹੈ ਕਰ ਲਿੱਤੀ ਗਈ ਹੈ। ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ, ਕੈਮਰਾਮੈਨ ਵਿੱਕੀ ਸ਼ਰਮਾ ਦੇ ਨਾਲ ਸੌਰਵ ਅਰੋੜਾ ਦੀ ਰਿਪੋਰਟ। ਧੰਨਵਾਦ। ਦੇਸ਼ ਦੁਨੀਆ ਦੀਆਂ ਖਬਰਾਂ ਸਭ ਤੋਂ ਪਹਿਲਾਂ ਜਾਣਨ ਦੇ ਲਈ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰੋ ਸਕਰੋਲ ਪੰਜਾਬ।